ਓਏ ਪੰਜਾਬੀਓ, ਓਏ ਪੰਜਾਬੀਓ, ਸੌ ਗਏ ਓਏ ਤੇ ਤੁਸੀਂ ਸੁੱਤੇ ਪਏ, ਤੁਹਾਡੇ ਜਵਾਕਾਂ ਦੇ ਗਲਾਂ ਦੇ ਵਿੱਚ ਫਾਂਸੀਆਂ ਦੇ ਰੱਸੇ ਪਾਏ ਜਾ ਰਹੇ ਆ, ਤੁਹਾਡੇ ਜਵਾਕਾਂ ਦਾ ਗਲ ਘੁੱਟਿਆ ਜਾ ਰਿਹਾ, ਤੁਹਾਡੇ ਜਵਾਕਾਂ ਨੂੰ ਮਾਰਿਆ ਜਾ ਰਿਹਾ। ਕਿਵੇਂ? ਅੱਜ ਹੁਣੀ ਮੇਰੇ ਕੋਲ ਫੋਨ ਆਇਆ ਤੇ ਮੈਂ ਉਧਰ ਨੂੰ ਨਿਕਲਣ ਲੱਗਿਆ ਇੱਥੋਂ। ਹੁਣ ਸ੍ਰੀ ਚੇਤਨਿਆ ਸਕੂਲ ਹੈ, ਸ੍ਰੀ ਚੇਤਨਿਆ ਸਕੂਲ ਮਾਨਸਾ ਤੋਂ ਜਦੋਂ ਆਪਾਂ ਜਾਂਦੇ ਹਾਂ ਸਰਦੂਲਗੜ੍ਹ ਨੂੰ, ਸੜਕ ਦੇ ਉੱਤੇ ਸਕੂਲ ਪੈਂਦਾ। ਪਹਿਲਾਂ ਸਕੂਲ ਦਾ ਨਾਂ ਸੀ ਕੈਂਬਰਿਜ, ਫਿਰ ਉਹਨਾਂ ਤੋਂ ਲੀਜ਼ 'ਤੇ ਲੈ ਲਿਆ, ਆਂਧਰਾ ਪ੍ਰਦੇਸ਼ ਦੇ ਬੰਦਿਆਂ ਨੇ ਆ ਕੇ ਉਹਦਾ ਨਾਂ ਰੱਖ ਲਿਆ ਸ੍ਰੀ ਚੇਤਨਿਆ ਸਕੂਲ। ਉਸ ਸਕੂਲ ਦੇ ਵਿੱਚ ਜਿਹੜੇ ਜਵਾਕ ਪੜ੍ਹਦੇ ਆ ਸਾਡੇ ਪਿੰਡਾਂ ਦੇ, ਸ਼ਹਿਰਾਂ ਦੇ, ਮਾਨਸਾ, ਹੋਰ ਆਲੇ ਦੁਆਲੇ ਜ਼ਿਲ੍ਹਿਆਂ ਦੇ ਜਵਾਕ ਜਿਹੜੇ ਉਸ ਸਕੂਲ 'ਚ ਪੜ੍ਹਦੇ ਆ, ਉਹਨਾਂ ਜਵਾਕਾਂ ਦੇ ਗਲ ਦੇ ਵਿੱਚ ਇੱਕ ਤਖਤੀ ਪਾ ਦਿੰਦੇ ਆ, ਲਿਖ ਕੇ ਐਂ ਲਮਕਾ ਦਿੰਦੇ ਆ ਵੀ ਇਹ ਜਵਾਕ ਪੰਜਾਬੀ ਬੋਲਦਾ ਹੈ, ਉੱਤੇ ਲਿਖ ਕੇ ਪਾ ਦਿੰਦੇ ਆ ਵੀ ਇਹ ਜਵਾਕ ਪੰਜਾਬੀ ਬੋਲਦਾ ਹੈ। ਹੱਦ ਹੋ ਗਈ ਓਏ, ਉਹ ਪੰਜਾਬ ਦੇ ਅੰਦਰ ਪੰਜਾਬੀ ਜਵਾਕਾਂ ਦੇ ਗਲਾਂ ਦੇ ਵਿੱਚ ਇਹ ਤਖਤੀਆਂ ਪਾਈਆਂ ਜਾਂਦੀਆਂ ਹੋਣ, ਲਿਖ ਕੇ ਉਹਨੂੰ ਇਹ ਮਹਿਸੂਸ ਕਰਾਇਆ ਜਾਂਦਾ ਹੋਵੇ ਵੀ ਤੂੰ ਬਹੁਤ ਵੱਡਾ ਗਲਤ ਇਨਸਾਨ ਹੈ ਜਿਹੜਾ ਤੂੰ ਆਪਣੀ ਬੋਲੀ ਬੋਲਦਾ। ਜਿਹੜਾ ਬੱਚਾ, ਜਿਹੜਾ ਜਵਾਕ ਉਹ ਸਕੂਲ ਦੇ ਵਿੱਚ ਮਾੜਾ ਮੋਟਾ ਵੀ ਪੰਜਾਬੀ ਬੋਲਦਾ ਨਾ, ਉਹਦੇ ਗਲ 'ਚ ਲਿਖ ਕੇ ਤਖਤੀ ਪਾ ਦਿੰਦਾ ਵੀ ਇਹ ਜਵਾਕ ਪੰਜਾਬੀ ਬੋਲਦਾ ਹੈ। ਅਤੇ ਉਹਦੇ ਜਿਹੜੇ ਸੰਬੰਧਿਤ ਟੀਚਰ ਨੇ, ਸਟਾਫ ਹੈ, ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ। ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਇਹ ਜਵਾਕ ਨੂੰ ਸਮਝਾਓ, ਇਹ ਪੰਜਾਬੀ ਨਹੀਂ ਬੋਲੂਗਾ। ਦੂਜੀ ਗੱਲ ਸੁਣ ਲਓ, ਪੰਜਾਬ ਦੇ ਜਿਹੜੇ ਟੀਚਰ ਨੇ, ਮਾਨਸਾ ਜ਼ਿਲ੍ਹੇ ਟੀਚਰ ਨੇ, ਸਾਰੇ ਉੱਥੋਂ ਉਹ ਕੱਢੀ ਜਾ ਰਹੇ ਆ ਇੱਕ ਕਰਕੇ, ਲਿਆ ਕੇ ਆਂਧਰਾ ਤੋਂ, ਕੇਰਲਾ ਤੋਂ ਲਿਆ ਕੇ ਸਾਰਾ ਸਟਾਫ ਰੱਖ ਲਿਆ। ਅੱਜ ਹੀ ਮੇਰੀ ਹੁਣ ਉੱਥੇ ਗੱਲ ਹੋ ਰਹੀ ਸੀ, ਕੋਈ ਪੰਜਾਬੀ ਸਮਝਣ ਵਾਲਾ ਟੀਚਰ ਹੀ ਹੈ ਨਹੀਂ, ਸਾਰੇ ਕੋਈ ਆਂਧਰਾ ਦਾ, ਕੋਈ ਕੇਰਲਾ ਦਾ। ਮੈਂ ਕਿਹਾ ਮੈਂ ਪੰਜਾਬੀ ਜਿਹੜਾ ਬੰਦਾ ਸਮਝਦਾ ਉਹਨੇ ਮੇਰੀ ਗੱਲ ਕਰਾਓ, ਉਹਨਾਂ ਨੇ ਜਿਹੜਾ ਰਿਸੈਪਸ਼ਨ 'ਤੇ ਬੈਠਾ ਹੁੰਦਾ ਬੰਦਾ ਉਹਦੇ ਨਾਲ ਮੇਰੀ ਗੱਲ ਕਰਾਈ। ਅੱਜ ਉੱਥੇ ਵੱਡਾ ਧਰਨਾ ਲੱਗਿਆ, ਅੱਜ ਉੱਥੇ ਲੋਕ ਉੱਠ ਕੇ ਆਏ ਆ, ਉੱਥੇ ਟੀਚਰ ਉੱਠ ਕੇ ਆਏ ਆ, ਉੱਥੇ ਜਥੇਬੰਦੀਆਂ ਵਾਲੇ ਉੱਠ ਕੇ ਆਏ ਆ ਸਕੂਲ ਦੇ ਅੱਗੇ। ਮੈਂ ਇਸ ਗੱਲੋਂ ਵੀ ਪੰਜਾਬ ਦੇ ਲੋਕਾਂ ਦਾ, ਖਾਸ ਤੌਰ 'ਤੇ ਮਾਨਸਾ ਜ਼ਿਲ੍ਹੇ ਦੇ ਲੋਕਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਦੇਰ ਆਏ ਦਰੁਸਤ ਇਹਨਾਂ ਗੱਲਾਂ ਨੂੰ ਲੈ ਕੇ ਉੱਠ ਕੇ ਆਏ। ਇੱਥੋਂ ਤੱਕ ਵੀ ਕਿਹਾ ਉਹਨਾਂ ਨੇ ਆਪਣੇ ਮਾਨਸਾ ਜ਼ਿਲ੍ਹੇ ਜਿੰਨੇ ਵੀ ਟੀਚਰ ਉੱਥੇ ਲੱਗੇ ਆ, ਕਹਿੰਦੇ ਇਹਦਾ ਅਨਪੜ੍ਹ ਹੈ ਜੀ, ਇਹਦਾ ਗਵਾਰ ਹੈ ਜੀ, ਇਹਨਾਂ ਨੂੰ ਕੀ ਪਤਾ ਜੀ, ਇਹਦਾ ਬੈਕਵਰਡ ਪਿਛੜੇ ਹੋਏ ਇਲਾਕੇ ਦੇ ਲੋਕ ਨੇ, ਅਸੀਂ ਤਾਂ ਲਿਆ ਕੇ ਟੀਚਰ ਕੇਰਲਾ ਤੋਂ ਰੱਖਾਂਗੇ, ਆਂਧਰਾ ਤੋਂ ਰੱਖਾਂਗੇ। ਜਿੰਨੀਆਂ ਪੰਜਾਬ ਦੀਆਂ ਕੋਈ ਸੱਭਿਆਚਾਰ ਗਤੀਵਿਧੀਆਂ ਨੇ, ਕਲਚਰ ਐਕਟੀਵਿਟੀ ਹੈ, ਕੋਈ ਧਰਮ ਨਾਲ ਸੰਬੰਧਿਤ ਹੈ, ਇਤਿਹਾਸ ਨਾਲ ਸੰਬੰਧਿਤ ਹੈ, ਸਾਰੀਆਂ ਸਕੂਲ 'ਚੋਂ ਖਤਮ ਕਰਤੀਆਂ। ਲਿਆ ਕੇ ਜੋ ਵੀ ਆਂਧਰਾ ਦਾ, ਜੋ ਉੱਥੋਂ ਉਹਨਾਂ ਦਾ ਸੱਭਿਆਚਾਰ ਹੈ, ਉਹਨਾਂ ਦੀਆਂ ਗਤੀਵਿਧੀਆਂ ਨੇ, ਉਹਨਾਂ ਦਾ ਕਲਚਰ, ਉਹ ਸਾਡੇ ਪੰਜਾਬ ਦੇ ਜਵਾਕਾਂ 'ਤੇ ਥੋਪਿਆ ਜਾ ਰਿਹਾ। ਉਹ ਖੋਪੇ ਚੜ੍ਹਾ ਲਿਓ ਪੰਜਾਬੀ, ਉਹ ਖੋਪੇ ਅਖਾਨੀਆਂ ਕਰੀ ਫਿਰਦੇ ਆ, ਓਏ ਦਿਮਾਗ 'ਚ ਤੂੜਾ ਭਰ ਲਿਆ, ਤੂੜਾ ਚੁੱਪ ਕਰੇ ਫਿਰਦੇ ਆ। ਉਹ ਤੁਹਾਡੇ ਜਵਾਕਾਂ ਨਾਲ ਕੀ ਹੋ ਰਿਹਾ, ਤੁਹਾਡੀ ਬੋਲੀ ਨਾਲ, ਤੁਹਾਡੇ ਸੱਭਿਆਚਾਰ ਨਾਲ ਕੀ ਹੋ ਰਿਹਾ, ਤੁਹਾਡੇ ਇਤਿਹਾਸ ਨਾਲ ਕੀ ਹੋ ਰਿਹਾ, ਤੁਹਾਡਾ ਕੀ ਬਦਲਿਆ ਜਾ ਰਿਹਾ, ਤੁਹਾਡਾ ਕੀ ਖਤਮ ਕੀਤਾ ਜਾ ਰਿਹਾ, ਉਹ ਨਹੀਂ ਅਸੀਂ ਸਮਝਣ ਨੂੰ ਤਿਆਰ ਹੈਗੇ ਲੋਕ। ਹੱਦ ਹੋ ਗਈ ਯਾਰ, ਅਸੀਂ ਕਦੇ ਨਹੀਂ ਕਿਹਾ ਵੀ ਆਹ ਬੋਲੀ ਨਾ ਪੜ੍ਹਾਓ, ਆਹ ਬੋਲੀ ਨਾ ਪੜ੍ਹਾਓ, ਕੋਈ ਬੋਲੀ ਮਾੜੀ ਨਹੀਂ, ਸਾਰੀਆਂ ਬੋਲੀਆਂ ਸਤਿਕਾਰਯੋਗ ਨੇ, ਹਰ ਬੋਲੀ ਬੰਦੇ ਨੂੰ ਸਿੱਖਣੀ ਚਾਹੀਦੀ ਹੈ, ਪੜ੍ਹਨੀ ਚਾਹੀਦੀ ਹੈ, ਆਉਣੀ ਚਾਹੀਦੀ ਹੈ। ਪਰ ਹੱਦ ਹੋ ਗਈ ਯਾਰ,
ਪੰਜਾਬ ਦੇ ਅੰਦਰ ਪੰਜਾਬ ਦੇ ਸਕੂਲਾਂ ਦੇ ਵਿੱਚ ਇਹ ਲਿਖ ਕੇ ਪਾ ਦਿੱਤਾ ਜਾਵੇ ਸਾਡੇ ਜਵਾਕਾਂ ਦੇ ਗਲ ਦੇ ਵਿੱਚ ਤਖਤੀ ਕਿ ਤੂੰ ਪੰਜਾਬੀ ਬੋਲਦਾ। ਇਹਦਾ ਮਤਲਬ ਉਹਨੂੰ ਇਹ ਮਹਿਸੂਸ ਕਰਾਇਆ ਵੀ ਤੂੰ ਬਹੁਤ ਵੱਡਾ ਗਦਾਰ ਹੈ। ਉਹ ਵਾਕਈ ਅਸੀਂ ਆਪਣੀ ਮਾਂ ਬੋਲੀ ਦੇ ਗਦਾਰ ਹਾਂ ਓਏ, ਉਹ ਸਾਡੇ ਕਾਫਲੇ ਲੁੱਟੇ ਜਾ ਰਹੇ, ਉਹ ਸਾਡੀ ਬੋਲੀ ਮਾਰੀ ਜਾ ਰਹੀ ਹੈ। ਮੁੱਠਾਂ ਮੀਟ ਕੇ ਨੁੱਕਰੇ ਹਾ ਬੈਠੀ, ਟੁੱਟੀ ਹੋਈ ਸਤਾਰ ਬਾਬੀਆਂ ਦੀ, ਉਹ ਪੁੱਸੀ ਸ਼ਰਫ ਨਾਲ ਜਿਨ੍ਹਾਂ ਨੇ ਬਾਤ ਮੇਰੀ ਵੇ, ਉਹ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ। ਉਹ ਪੰਜਾਬੀ ਉਹ ਤੁਹਾਨੂੰ ਕਿੰਨੇ ਮਿਹਣੇ ਤਾਨੇ ਵੱਜਦੇ ਆ। ਉਹ ਵੱਡੇ ਵੱਡੇ ਸ਼ਹਿਰਾਂ ਨੇ ਵੀ ਕਿਹਾ ਕਿ ਜਿਨ੍ਹਾਂ ਨੇ ਸਾਡੀ ਬਾਤ ਨਹੀਂ ਪੁੱਛੀ, ਗੱਲ ਨਹੀਂ ਪੁੱਛੀ, ਸਾਨੂੰ ਰੋਲਿਆ ਮਾਰਿਆ ਖਤਮ ਕੀਤਾ, ਮੈਂ ਉਹਨਾਂ ਦੀ ਮਾਂ ਬੋਲੀ ਹਾਂ। ਉਹ ਬੋਲੀ ਮਰ ਗਈ, ਮੈਂ ਬੜੇ ਚਿਰ ਦਾ ਕਲਪਦਾ ਹੋਏ, ਮੈਨੂੰ 9 ਸਾਲ ਹੋ ਗਏ ਲੜਦੇ ਨੂੰ ਬੋਲੀ ਪਿੱਛੇ, ਪਰਚੇ ਵੀ ਪਵਾਏ, ਅੰਦਰ ਵੀ ਗਿਆ, ਬੋਰਡਾਂ 'ਤੇ ਰੰਗ ਮਾਰੇ। ਆਹ ਸਰਬ ਹਿਤਕਾਰੀ ਸਕੂਲ ਰਾਮਪੁਰੇ, ਸੰਘ ਵਾਲਿਆਂ ਦਾ ਸਕੂਲ, ਜਿੰਨੇ ਸੰਘ ਦੇ ਸਕੂਲ ਨੇ ਇੱਥੇ, ਆਰ ਐੱਸ ਐੱਸ ਦੇ ਸਕੂਲ ਨੇ, ਜਿੰਨੇ ਇੱਥੇ ਕ੍ਰਿਸਚਨਾਂ ਦੇ ਸਕੂਲ ਨੇ, ਜਿੰਨੇ ਇੱਥੇ ਹੋਰ ਕੋਈ ਸਕੂਲ ਨੇ, ਸਾਰੇ ਆਪਣਾ ਆਪਣਾ ਸੱਭਿਆਚਾਰ, ਆਪਣਾ ਆਪਣਾ ਇਤਿਹਾਸ ਸਾਡੇ ਜਵਾਕਾਂ ਦੇ ਥੋਪ ਰਹੇ ਆ। ਉਹ ਤੁਸੀਂ ਲੱਖਾਂ ਰੁਪਈਆ ਫੀਸਾਂ ਭਰਦੇ ਹੋ, ਇਹਨਾਂ ਦੀਆਂ ਜੇਬਾਂ ਭਰਦੇ ਹੋ, ਇਹਨਾਂ ਦੀਆਂ ਬੈਂਕਾਂ ਭਰਦੇ ਹੋ, ਆਪਦੀ ਬੋਲੀ ਨੂੰ ਕਤਲ ਕਰਾਉਣ ਖਾਤਰ, ਆਪਣੇ ਇਤਿਹਾਸ ਨੂੰ ਕਤਲ ਕਰਾਉਣ ਖਾਤਰ। ਉਹ ਤੁਹਾਡੇ ਆਲੇ ਦੁਆਲੇ ਕੋਈ ਅਕੈਡਮੀਆਂ ਹੋਣਗੀਆਂ, ਓਏ ਕੋਈ ਚੰਗੀਆਂ ਅਕੈਡਮੀਆਂ ਹੋਣਗੀਆਂ, ਓਏ ਉਹਨਾਂ ਜਵਾਕ ਪੜ੍ਹਾ ਲਓ ਆਪਣੇ। ਆ ਮੈਂ ਬਾਹਰਲਿਆਂ ਨੂੰ ਕਹਿਣਾ ਚਾਹੁੰਦਾ, ਆਉਣਗੇ ਹੁਣ ਇੱਥੋਂ ਬਾਹਰਲੇ ਮੁਲਕਾਂ ਤੋਂ, ਟੂਰਨਾਮੈਂਟ ਕਰਾਇਆ ਜੀ ਫਲਾਣੇ ਪਿੰਡ ਕਬੱਡੀ ਦਾ, 2 ਕਰੋੜ ਲਾਤਾ, 1.5 ਕਰੋੜ ਲਾਤਾ, ਕਰੋੜ ਲਾਤਾ, ਲਓ ਜੀ ਹੁਣ ਵਿਆਹ ਜੀ ਫਲਾਣੇ NRI ਦੇ ਬਾਹਰਲੇ ਦੇ, ਅਤੇ ਫਲਾਨਾ ਗਾਉਣ ਵਾਲਾ ਲੱਗਿਆ ਜੀ 15 ਲੱਖ ਰੁਪਏ 'ਚ ਲਾਇਆ ਗਾਉਣ ਵਾਲਾ, ਅਤੇ ਵਿਆਹ ਦਾ ਖਰਚਾ ਹੈਗਾ ਜੀ 2 ਕਰੋੜ ਰੁਪਇਆ। ਉਹ ਇੰਨਾ ਕੰਮਾਂ 'ਤੇ ਪੈਸਾ ਖਰਚਣ ਦੀ ਬਜਾਏ ਉਹ ਘੱਟੋ ਘੱਟ NRI ਉਹ ਘੱਟੋ ਘੱਟ ਬਾਹਰ ਲਿਓ, ਉਹ ਕੋਈ ਆਪਣੇ ਆਪਣੇ ਇਲਾਕੇ 'ਚ ਆਪਣੇ ਆਪਣੇ ਜ਼ਿਲ੍ਹੇ 'ਚ ਕੋਈ ਸਕੂਲ ਹੀ ਅਜੇ ਖੋਲ੍ਹ ਦਿਓ ਜਿਹੜਾ ਕੰਮ ਕਰਨ ਵਾਲਾ। ਕਈ ਬਾਹਰਲੇ ਪੁੱਛਦੇ ਹੁੰਦੇ ਆ ਕਿ ਬਾਈ ਕੀ ਕਰਗੇ, ਅਸੀਂ ਕੀ ਕਰ ਸਕਦੇ ਹਾਂ ਪੰਜਾਬ ਲਈ, ਤੁਸੀਂ ਪੰਜਾਬ ਲਈ ਆਹ ਕਰ ਸਕਦੇ ਹੋ। 2 ਦਿਨ ਦੀ ਖਾਤਰ ਉੱਥੇ ਨਾਮ ਲਾਉਣ ਦੀ ਖਾਤਰ ਵੀ ਕਮਿਊਨਿਟੀ ਵਾਲਾ ਨਾਮ ਬੋਲੂਗਾ ਜੀ, ਜਾਂ ਇੱਥੇ ਫਲੈਕਸ ਬੋਰਡ ਦੇ ਉੱਤੇ ਸਾਡੀ ਫੋਟੋ ਲੱਗ ਜੂਗੀ ਜੀ ਵੀ ਫਲਾਨਾ ਸੋਨੇ ਟੂਰਨਾਮੈਂਟ ਕਰਾਇਆ ਜੀ। ਉਹ ਆਹ ਕੰਮ ਕਰੋ ਜਿਹੜਾ ਕਰਨ ਵਾਲਾ ਸਾਡੇ ਕੋਲ ਐਜੂਕੇਸ਼ਨ ਪੱਖ ਤੋਂ, ਸਿੱਖਿਆ ਦੇ ਪੱਖ ਤੋਂ, ਆਪਣੀਆਂ ਯੂਨੀਵਰਸਿਟੀਆਂ, ਆਪਣੇ ਕਾਲਜ, ਆਪਣੇ ਸਕੂਲ, ਆਪਣੇ ਰਿਸਰਚ ਸੈਂਟਰ, ਸਾਡੇ ਕੋਚਿੰਗ ਸੈਂਟਰ ਨਹੀਂ ਹੈਗੇ ਓਏ, ਜਿੱਥੇ ਪੈਸਾ ਲਾਉਣ ਦੀ ਲੋੜ ਆ ਅੱਜ, ਜਿੱਥੇ ਸਾਨੂੰ ਸਾਂਭਣ ਦੀ ਲੋੜ ਆ ਆਉਣ ਵਾਲੀਆਂ ਨਸਲਾਂ, ਆਉਣ ਵਾਲੀਆਂ ਪੀੜ੍ਹੀਆਂ ਨੂੰ। ਪੰਜਾਬ ਦੇ ਲੋਕੋ ਮੈਂ ਤੁਹਾਡੇ ਮੇਰੇ ਹੱਥ ਬੰਨਦਾ, ਰੱਬ ਦਾ ਵਾਸਤਾ ਤੁਹਾਨੂੰ ਕਿ ਤੁਸੀਂ ਆਪਣੇ ਜਵਾਕਾਂ ਦਾ ਖਿਆਲ ਕਰ ਲਓ ਯਾਰ, ਤੁਹਾਡੇ ਜਵਾਕਾਂ ਨਾਲ ਕੀ ਕਰ ਰਹੇ ਨੇ ਯਾਰ, ਤੁਹਾਡੇ ਜਵਾਕਾਂ ਦੇ ਦਿਲਾਂ ਦੇ ਵਿੱਚੋਂ ਜਦੋਂ ਸਾਡੇ ਜਵਾਕ ਨੂੰ ਯਾਰ ਕਿਸੇ ਇਤਿਹਾਸ ਦਾ ਨਹੀਂ ਪਤਾ ਹੋਣਾ, ਕਿਸੇ ਸ਼ਹੀਦ ਬਾਰੇ ਨਹੀਂ ਪਤਾ, ਕਿਸੇ ਸੂਰਮੇ ਬਾਰੇ ਨਹੀਂ ਪਤਾ, ਯੋਧੇ ਬਾਰੇ ਨਹੀਂ ਪਤਾ, ਕਿਸੇ ਜੰਗਾਂ ਬਾਰੇ ਨਹੀਂ ਪਤਾ, ਉਹ ਸਾਡਾ ਜਵਾਕ ਕੀ ਹੋਊਗਾ? ਕੋਰਾ ਹੋਊ ਬਿਲਕੁਲ, ਸਲੇਟ ਵਰਗਾ, ਕਾਗਜ਼ ਵਰਗਾ ਕੋਰਾ, ਉਹਦੇ ਕੁਛ ਨਹੀਂ ਪੱਲੇ ਹੋਣਾ। ਉਹ ਕਿੱਥੋਂ ਆਉਣ ਵਾਲੇ ਸਮੇਂ 'ਚ ਸਾਡੀ ਇਹ ਸੱਭਿਅਤਾ ਨੂੰ ਸਾਂਭੂਗਾ ਉਹ ਜਾ ਕੇ? ਉਹ ਪੈਸਾ ਨਹੀਂ ਉਹ ਹੁੰਦਾ, ਹਰ ਇੱਕ ਚੀਜ਼ ਪੈਸਾ ਨਹੀਂ ਹੁੰਦਾ, ਨਾ ਪੈਸਾ ਪੈਸਾ ਪੈਸਾ, ਅਸੀਂ ਕੀ ਲੈਣਾ, ਆਪਾਂ ਕੀ ਲੈਣਾ, ਆਪਾਂ ਆਪਣਾ ਜਵਾਕ ਹੈ, ਕੀ ਕਰੋਗੇ ਤੁਹਾਡੇ ਜਵਾਕਾਂ ਨੂੰ? ਇਕੱਲਾ ਇਕੱਲਾ ਜਵਾਕ ਜੰਮ ਲਿਆ, ਉਹਨਾਂ ਨੂੰ ਸਕੂਲਾਂ 'ਚ ਖਤਮ ਕਰੀ ਜਾਂਦੇ ਆ, ਉਹ ਬਾਹਰ ਨੂੰ ਭੱਜੀ ਜਾਂਦੇ ਆ, ਕੋਈ ਨਸ਼ੇ ਨਾਲ ਮਰੀ ਜਾਂਦੇ ਆ, ਉਹ ਕੀ ਰਹੇਗਾ ਸਾਡੇ ਪੱਲੇ ਯਾਰ? ਸੋ ਮੇਰੇ ਬੇਨਤੀ ਆ ਪੰਜਾਬੀ, ਉਸ ਨੂੰ ਹੱਥ ਬੰਨ ਕੇ, ਹਰ ਬੰਦਾ, ਹਰ ਮਾਂ ਨੂੰ, ਹਰ ਭੈਣ ਨੂੰ ਮੇਰੀ ਬੇਨਤੀ ਆ, ਤੁਹਾਡੇ ਸਕੂਲਾਂ 'ਚ ਜਵਾਕ ਪੜ੍ਹਦੇ ਆ, ਉਹਨਾਂ ਜਵਾਕਾਂ ਦੇ ਘਰ ਆਏ ਤਾਂ ਪੁੱਛੋ ਕੀ ਪੜ੍ਹਾਉਂਦੇ ਆ, ਕੀ ਸਿਖਾਉਂਦੇ ਆ, ਕੀ ਲਿਖਾਉਂਦੇ ਆ।
ਕਿਹੜੇ ਇਤਿਹਾਸ ਨਾਲ ਜੋੜਦੇ ਆ, ਸਕੂਲ 'ਚ ਗੇੜਾ ਮਾਰੋ 15-15 ਪੀਆਂ ਦੇ ਨਾਲ। ਬਸ ਮੈਂ ਇੱਕ ਸਰਕਾਰ ਨੂੰ ਕਹਿਣਾ ਚਾਹੁੰਦਾ, ਸਕੂਲ ਵਾਲਿਆਂ ਨੂੰ ਕਹਿਣਾ ਚਾਹੁੰਦਾ ਵੀ ਜਲੂਸ ਕੱਢਾਂਗੇ, ਗਲੋਂ ਆ ਕੇ ਫੜ ਕੇ ਜਲੂਸ ਕੱਢਾਂਗੇ ਜੇ ਤੁਸੀਂ ਸਾਡੀ ਬੋਲੀ ਦਾ ਘਾਣ ਕੀਤਾ, ਸਾਡੇ ਜਵਾਕਾਂ ਦੇ ਉੱਤੇ ਕੋਈ ਜਬਰੀ ਹੋਰ ਚੀਜ਼ਾਂ ਥੋਪਣ ਦੀ ਕੋਸ਼ਿਸ਼ ਕੀਤੀ ਤਾਂ। ਅਤੇ ਪੰਜਾਬ ਦੇ ਲੋਕੋ, ਤੁਹਾਨੂੰ ਇੱਕ ਹੋਕਰਾ ਮਾਰੂੰਗਾ, ਮੈਂ ਉੱਥੇ ਪਹੁੰਚ ਰਿਹਾ, ਅੱਜ ਮਾਨਸਾ ਦੇ ਵਿੱਚ ਵੱਡਾ ਇਕੱਠ ਹੈ, ਪਹੁੰਚੇ ਹੋਏ ਨੇ ਉੱਥੇ, ਮਾਂ ਬਾਪ ਦੇ ਨਾਲ ਮੇਰੀ ਗੱਲ ਹੋਣੀ ਹੋਈ ਹੈ। ਵੈਸੇ ਉਹ ਕਹਿ ਰਿਹਾ ਕਿ ਉੱਥੇ ਮੰਨ ਚੁੱਕਿਆ, ਉਹ ਮੰਗਾਂ ਸਾਡੀਆਂ ਗੱਲਾਂ ਮੰਨ ਚੁੱਕਿਆ, ਪਰ ਇਹ ਇਕੱਲਾ ਮਾਨਸਾ ਦਾ ਮਸਲਾ ਨਹੀਂ ਹੈਗਾ, ਇਹ ਮਾਨਸਾ ਪੂਰੇ ਪੂਰੇ ਪੰਜਾਬ ਦਾ ਮਸਲਾ, ਪੂਰੇ ਪੰਜਾਬੀਅਤ ਦਾ ਮਸਲਾ ਹੈ। ਬੋਲੀ ਹਿੰਦੂ ਸਿੱਖ ਮੁਸਲਮਾਨ ਸਭ ਦੀ ਸਾਂਝੀ ਹੈ ਬੋਲੀ ਪੰਜਾਬੀ। ਸਾਰੇ ਗੌਰ ਕਰੋ, ਆਹ ਮੈਂ ਦੇਖਦਾ ਸ਼ਹਿਰਾਂ 'ਚ ਇੱਥੇ ਛੋਟੇ ਛੋਟੇ ਕੰਮ ਚੱਲ ਪਿਆ, ਆਹ ਰਾਮਪੁਰਾ ਮੇਰਾ ਭੋਰਾ ਸ਼ਹਿਰ ਹੈ, ਉਹ ਮੈਂ ਕਈ ਵਾਰੀ ਦੁਕਾਨ 'ਤੇ ਖੜ੍ਹਾ ਹੁੰਦਾ, ਉੱਥੇ ਕਈ ਬੀਬੀਆਂ ਆਉਂਦੀਆਂ ਸਮਾਨ ਲੈਣ, ਕੋਈ ਹਿੰਦੀ 'ਚ ਗੱਲ ਕਰਦੀਆਂ, ਛੋਟਾ ਨਾਲ ਜਵਾਕ ਖੜ੍ਹਾ ਹੁੰਦਾ ਉਹਨਾਂ ਹਿੰਦੀ 'ਚ ਗੱਲ ਕਰਦੀਆਂ। ਆਪਣੀ ਬੋਲੀ ਨੂੰ ਨਫ਼ਰਤ ਨਾ ਕਰੋ ਯਾਰ, ਬੋਲੀ ਮਰ ਗਈ ਤੁਹਾਡੀ। ਗਾਉਣ ਵਾਲੇ ਦੇਖਦਾ ਹੁੰਦਾ ਮੈਂ, ਗਾਉਂਦੇ ਪੰਜਾਬੀ 'ਚ ਹੈ, ਲਿਖਦੇ ਪੰਜਾਬੀ 'ਚ ਹੈ, ਫਿਲਮਾਂ ਪੰਜਾਬੀ 'ਚ ਬਣਾਉਂਦੇ ਹੈ, ਪੈਸਾ ਪੰਜਾਬੀਆਂ ਤੋਂ ਕਮਾਉਂਦੇ ਹੈ, ਜਦੋਂ ਕੋਈ ਇੰਟਰਵਿਊ ਕਰਨੀ ਹੈ ਕਿਸੇ ਪੱਤਰਕਾਰਾਂ ਕੋਲ ਬੋਲਣਾ ਹੈ ਉਦੋਂ ਅੰਗਰੇਜ਼ੀ, ਆਪਦੇ ਜਵਾਕਾਂ ਨਾਲ ਅੰਗਰੇਜ਼ੀ। ਆ ਇੱਕ ਬੀਬੀ ਮੈਂ ਦੇਖਦਾ ਨਾ, ਨੀਰੂ ਬਾਜਵਾ ਐਕਟਰ ਨਹੀਂ ਹੈ, ਕਲਾਕਾਰ ਨਹੀਂ ਹੈ, ਬੜੀਆਂ ਚੰਗੀਆਂ ਫਿਲਮਾਂ ਬਣਾਈਆਂ ਨੇ, ਪੰਜਾਬੀ ਫਿਲਮਾਂ ਬਣਾਈਆਂ, ਕਲਾਕਾਰ ਨੇ ਉਸਨੇ, ਅਤੇ ਮੈਂ ਉਹਦੇ ਇੱਕ ਦਿਨ ਦੇਖਣ ਲੱਗ ਗਿਆ ਕੁਦਰਤੀ ਮੇਰੇ ਸਾਹਮਣੇ ਕੋਈ ਇੰਸਟਾਗ੍ਰਾਮ 'ਤੇ ਵੀਡੀਓ, ਉਹ ਆਪਣੇ ਜਵਾਕਾਂ ਨਾਲ, ਉਹਦੇ ਦੋ ਪਤਾ ਨਹੀਂ ਤਿੰਨ ਕੁੜੀਆਂ ਨੇ ਉਸ ਬੀਬੀ ਦੇ, ਅਤੇ ਉਹਨਾਂ ਨਾਲ ਅੰਗਰੇਜ਼ੀ 'ਚ ਲੱਗੀ ਹੋਈ ਹੈ। ਉਹ ਤੁਹਾਡਾ ਅਸਰ ਹੁੰਦਾ, ਤੁਹਾਨੂੰ ਲੋਕ ਦੇਖਦੇ ਆ, ਜਵਾਕ ਦੇਖਦੇ ਆ, ਕਿਉਂਕਿ ਤੁਸੀਂ ਇਸ ਵੇਲੇ ਸਾਡੇ ਪੰਜਾਬੀਆਂ ਦੇ ਰੋਲ ਮਾਡਲ ਬਣੇ ਹੋਏ ਹੋ। ਸਾਡੇ ਰੋਲ ਮਾਡਲ ਸ਼ਹੀਦ ਯੋਧੇ ਸੂਰਮੇ ਨਹੀਂ, ਗਾਉਣ ਵਾਲੇ ਬਣੇ ਹੋਏ ਆ। ਤੁਹਾਡਾ ਅਸਰ ਹੁੰਦਾ ਇਹਨਾਂ ਗੱਲਾਂ ਦਾ, ਉਹੀ ਕੁਛ ਲੋਕ ਜਵਾਕ ਆਪਣੇ ਘਰਾਂ ਸ਼ੁਰੂ ਕਰ ਦਿੰਦੇ ਆ, ਲੋਕ ਘਰਾਂ ਸ਼ੁਰੂ ਕਰ ਦਿੰਦੇ ਆ। ਰੱਬ ਦਾ ਵਾਸਤਾ, ਗਾਉਣ ਵਾਲੇ ਉਹ ਕਲਾਕਾਰ ਹੋ, ਉਹ ਹੁਣ ਤੱਕ ਪੰਜਾਬੀ ਦੇ ਨਾਂ ਦੇ ਉੱਤੇ ਕਮਾਈਆਂ ਕੀਤੀਆਂ, ਉਹ ਪੰਜਾਬੀ ਦੇ ਸਿਰ 'ਤੇ ਰੋਟੀ ਕਮਾਈ, ਪੰਜਾਬੀ ਨੇ ਉਹਦੇ ਸ਼ੌਹਰਤ ਦੌਲਤਾਂ ਮਾਣ ਸਨਮਾਨ ਨਾਂ ਸਭ ਕੁਛ ਕਮਾਇਆ, ਅਤੇ ਬੈਠ ਕੇ ਪੱਤਰਕਾਰ ਦੇ ਮੂਹਰੇ ਅੰਗਰੇਜ਼ੀ ਝਾੜੀ ਜਾਂਦੇ ਹੁੰਦੇ ਆ। ਹੱਦ ਹੋ ਗਈ ਯਾਰ, ਅਸਲ ਦੇ ਵਿੱਚ ਅਸੀਂ ਗੁਲਾਮ ਲੋਕ ਹਾਂ ਇੱਥੋਂ, ਆਹ ਦਿਮਾਗੀ ਮਾਨਸਿਕ ਗੁਲਾਮੀ ਦੇ ਸ਼ਿਕਾਰ ਲੋਕ ਹਾਂ ਅਸੀਂ। ਕੋਈ ਬਾਲੀ ਮਾੜੀ ਨਹੀਂ ਬੋਲੋ ਜਿੱਥੇ ਲੋੜ ਪੈਂਦੀ ਹੈ, ਆਪਣੇ ਲੋਕਾਂ 'ਚ ਬਹਿ ਕੇ ਯਾਰ ਤੁਸੀਂ ਅੰਗਰੇਜ਼ੀ ਹਿੰਦੀ ਆਹ, ਕਈ ਤਾਂ ਬੋਰਡਾਂ ਦੇ ਉੱਤੇ ਹਾਲੇ ਤੱਕ ਨਹੀਂ ਪੰਜਾਬੀ ਦਾ ਕੋਈ ਮੂੰਹ ਮਹਾਂਦਰਾ ਬਣਿਆ, ਦਫ਼ਤਰਾਂ ਦੇ ਵਿੱਚ ਪੰਜਾਬੀ ਲਾਗੂ ਨਹੀਂ ਹੋ ਰਹੀ। ਸਰਕਾਰ ਨੂੰ 2009 ਦਾ ਹਾਈ ਕੋਰਟ ਨੇ ਕੀਤਾ ਹੋਇਆ ਵੀ ਸਾਨੂੰ ਤੁਸੀਂ ਇੱਥੇ ਆਪਣੇ ਜਿਹੜੇ ਬੰਦੇ ਮੁਹੱਈਆ ਕਰਾਓ ਅਦਾਲਤਾਂ ਦੇ ਵਿੱਚ, ਅਤੇ ਅਸੀਂ ਤੁਹਾਡੀ ਜਿਹੜੀ ਥੱਲੇ ਸਾਰੀ ਕਾਰਵਾਈ ਆ ਹੇਠਾਂ ਅਦਾਲਤਾਂ ਦੇ ਸੈਸ਼ਨ ਜੱਜ ਤੱਕ ਉਹ ਪੰਜਾਬੀ 'ਚ ਕਰ ਦਾਂਗੇ। ਕਹਿ ਸਰਕਾਰਾਂ ਲੰਘੀਆਂ, ਕੋਈ ਕਾਰਵਾਈ ਨਹੀਂ ਹੋਈ। ਸੋ ਅਸੀਂ ਪਹੁੰਚ ਰਹੇ ਹਾਂ, ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ, ਪ੍ਰਸ਼ਾਸਨ ਨੂੰ, ਸਕੂਲਾਂ ਵਾਲਿਆਂ ਨੂੰ, ਵੀ ਜੇ ਆਹ ਕੁਛ ਹੁੰਦਾ ਰਿਹਾ ਅਸੀਂ ਜਲੂਸ ਕੱਢਾਂਗੇ ਟਕਾ ਕੇ ਧਰ ਕੇ। ਇਹਦੀ ਜ਼ਿੰਮੇਵਾਰ ਸਰਕਾਰ ਆ, ਜਾਂ ਜ਼ਿੰਮੇਵਾਰ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਹਿੰਦਾ ਮੈਂ ਮਾਂ ਬੋਲੀ ਨੂੰ ਐਂ ਨਹੀਂ ਹੋਣ ਦਿੰਦਾ, ਆਹ ਕੁਛ ਹੋ ਰਿਹਾ ਸਾਡੇ ਸਕੂਲਾਂ 'ਚ ਮਾਂ ਬੋਲੀ ਨਾਲ, ਕਿਉਂ ਨਹੀਂ ਇਹਨਾਂ ਸਕੂਲਾਂ ਦੀ ਮਾਨਤਾ ਰੱਦ ਕੀਤੀ ਜਾਂਦੀ? ਕਰੋ 5-10 ਸਕੂਲਾਂ 'ਚ ਮਾਨਤਾ ਰੱਦ, ਜੇ ਨਾਲ ਹੀ ਤਾਂ ਆ ਜਾਣਾ, ਆ ਜਾਇਓ ਕਿਤੇ ਦੱਖਣ 'ਚ, ਆ ਜਾਇਓ ਕਿਤੇ ਬੰਗਾਲ 'ਚ, ਜਿਹੜਾ ਬੰਦਾ ਉੱਥੇ ਕੋਈ ਦੂਜੀ ਤੀਜੀ ਬੋਲੀ 'ਚ ਪੂਰੇ ਦੱਖਣ 'ਚ ਕੋਈ ਸਮਾਨ ਮੰਗਦਾ ਨਾ ਦੁਕਾਨ 'ਤੇ ਜਾ ਕੇ, ਸਮਾਨ ਦੇਣਾ ਦੂਰ ਦੀ ਗੱਲ, ਉਹ ਬੋਲਦੇ ਵੀ ਨਹੀਂ। ਮੈਂ ਪਿੱਛੇ ਗਿਆ ਸੀ, ਸਾਰਾ ਦੱਖਣ ਤੁਹਾਨੂੰ ਦਿਖਾਇਆ, ਬੰਗਾਲ ਦਿਖਾਇਆ, ਸਕੂਲਾਂ ਦਫ਼ਤਰਾਂ ਕਚਹਿਰੀਆਂ ਦੇ ਬੋਰਡ, ਕਾਲਜਾਂ ਦੇ ਬੋਰਡ, ਬੱਸਾਂ ਦੇ ਬੋਰਡ, ਟਰੱਕਾਂ ਦੇ ਬੋਰਡ, ਸੜਕਾਂ ਦੇ ਬੋਰਡ, ਆਪਣੀ ਬੋਲੀ ਬੰਗਲਾ, ਇੱਧਰ ਤਾਮਿਲ, ਕੰਨੜਾ, ਮਲਿਆਲਮ, ਸਾਰੀ ਉਹਨਾਂ ਆਪਣੀ ਬੋਲੀ 'ਚ ਆਓ, ਉਹਨਾਂ ਲੋਕਾਂ ਨੂੰ ਸਿੱਖੋ। ਰਹਿੰਦਾ ਖੁੰਦਾ ਕਾਰਟੂਨ ਸਾਲਾ ਜਲੂਸ ਕੱਢੀ ਜਾਂਦੇ ਆ, ਹਿੰਦੀ 'ਚ ਕਾਰਟੂਨ ਹੁੰਦੇ ਆ,
ਉਹੀ ਸਾਡੇ ਜਵਾਕ ਘਰੇ ਹਿੰਦੀ ਬੋਲਣ ਲੱਗ ਜਾਂਦੇ ਆ। ਮੈਂ ਘਰੇ ਜਾਂਦਾ, ਕਈਆਂ ਪਿੰਡਾਂ ਜਾਣ ਦਾ ਮੌਕਾ ਮਿਲਦਾ, ਘਰਾਂ 'ਚ ਜਵਾਕ ਹਿੰਦੀ ਬੋਲੀ ਜਾਂਦੇ ਹੁੰਦੇ ਆ। ਮੈਂ ਤੁਹਾਨੂੰ ਅੱਜ ਅੱਗੇ ਵੀ ਕਈ ਵਾਰੀ ਗੱਲ ਸੁਣਾਈ, ਅੱਜ ਵੀ ਸੁਣਾ ਦੇਣਾ। ਲੁਧਿਆਣੇ ਵਗ ਗਿਆ ਮੈਂ ਇੱਕ ਦਿਨ ਕਿਸੇ ਮਿੱਤਰ ਦੇ ਘਰੇ, ਉਹ ਇੱਕ ਨਾਲ ਗਵਾਂਢਾਂ ਦੀ ਜਵਾਕੜੀ ਖੇਡਣ ਆ ਗਈ ਉੱਥੇ, ਉਹ ਹਿੰਦੀ ਬੋਲੇ। ਮੈਂ ਘਰਦਿਆਂ ਨੂੰ ਪੁੱਛਿਆ, ਮੈਂ ਕਿਹਾ ਕੁੜੀ ਕਿੰਨਾਂ ਦੀ ਆ, ਬਾਹਰੋਂ ਆ ਕੇ ਪਰਿਵਾਰ ਵਸਿਆ? ਕਹਿੰਦੇ ਨਹੀਂ, ਆਪਣੇ ਗਵਾਂਢੀ ਆ, ਪਰਿਵਾਰ ਤਾਂ ਇੱਥੋਂ ਦੇ ਰਹਿਣ ਵਾਲਾ। ਮੈਂ ਕੁੜੀ ਦੀ ਉਂਗਲ ਫੜੀ, ਮੈਂ ਪੁੱਤ ਆ ਜਾ, 6 ਸਾਲ ਦੀ ਕੁੜੀ ਸੀਗੀ, ਮੈਂ ਚੱਲ ਤੇਰੇ ਘਰੇ ਚੱਲਦੇ ਹਾਂ। ਅਸੀਂ ਬਾਹਰ ਖੜਕਾਇਆ ਤੇ ਬਜ਼ੁਰਗ ਨਿਕਲਿਆ, ਅੰਦਰੋਂ ਬਜ਼ੁਰਗ ਨਿਕਲਿਆ, ਉਹਦੇ ਗਾਤਰਾ ਪਾਇਆ ਹੋਇਆ, ਸਿਰ ਤੇ ਦਮਾਲਾ ਬੰਨਿਆ ਹੋਇਆ। ਮੈਂ ਫਤਿਹ ਬੁਲਾਈ, ਮੈਂ ਕਿਹਾ ਜੀ ਬੱਚੀ, ਕਹਿੰਦਾ ਮੇਰੀ ਪੋਤੀ ਹੈ। ਮੈਂ ਜੀ ਹਿੰਦੀ ਬੋਲੀ ਜਾਂਦੀ ਹੈ, ਅੰਦਰੋਂ ਦੀ ਮਾਂ ਨਿਕਲੀ ਕੁੜੀ ਦੀ। ਉਹ ਮੈਨੂੰ ਬਜ਼ੁਰਗ ਕਹਿੰਦਾ, ਕਹਿੰਦਾ ਸ਼ੇਰਾ, ਕਹਿੰਦਾ ਉਹ ਕੁੜੀ ਦੀ ਮਾਂ ਹੈ, ਇਸ ਬੱਚੀ ਦੀ ਮਾਂ ਹੈ, ਕਹਿੰਦਾ ਉਹਨੇ ਐਮ ਏ ਪੰਜਾਬੀ ਕੀਤੀ ਹੋਈ ਹੈ, ਅਤੇ ਕਹਿੰਦਾ ਸਾਡੀ ਜਵਾਕੜੀ ਪੜ੍ਹਦੀ ਪਤਾ ਕਿੱਥੇ ਹੈ? ਗੁਰੂ ਨਾਨਕ ਪਬਲਿਕ ਸਕੂਲ 'ਚ ਲੁਧਿਆਣੇ। ਸਕੂਲ ਦਾ ਨਾਂ ਗੁਰੂ ਨਾਨਕ ਪਬਲਿਕ ਸਕੂਲ, ਬੱਚੀ ਦੀ ਮਾਂ ਦੀ ਐਮ ਏ ਪੰਜਾਬੀ, ਗੁਰਸਿੱਖ ਪਰਿਵਾਰ ਤੇ ਜਵਾਕੜੀ ਹਿੰਦੀ ਬੋਲਦੀ ਹੈ। ਬਾਤ ਤੁਹਾਡੇ ਪੰਜਾਬੀਓ, ਸੌਂਗੇ ਲੰਮੀਆਂ ਤਾਣ ਕੇ ਘੋੜੇ ਵੇਚ ਕੇ ਸੌਂਗੇ, ਕੋਈ ਪਰਵਾਹ ਨਹੀਂ ਕੀ ਹੋਈ ਜਾਂਦਾ, ਕੀ ਖਤਮ ਕਰੀ ਜਾਂਦੇ ਸਾਡਾ। ਸੁੱਤੇ ਰਹੋ, ਛਿੱਤਰ ਪੈਣਗੇ ਤੁਹਾਡੇ, ਜੁੱਤੀ ਫਿਰੂ, ਯਾਦ ਰੱਖਿਓ ਸਭ ਕੁਛ ਤੁਹਾਡਾ ਤਬਾਹ ਹੋਣਾ ਤੇ ਨਾ ਜਾਗੇ ਹਲੇ ਵੀ। ਸੋ ਅਸੀਂ ਸਕੂਲਾਂ ਨੂੰ ਮੇਰੀ ਸਿੱਧੇ ਰੂਪ ਵਿੱਚ ਚੇਤਾਵਨੀ ਆ, ਜਿਹੜਾ ਸਕੂਲ ਸਾਡੀ ਮਾਂ ਬੋਲੀ ਦਾ ਘਾਣ ਕਰੂਗਾ, ਸਾਡੇ ਸੱਭਿਆਚਾਰ ਦਾ ਘਾਣ ਕਰੂ, ਜਦੋਂ ਸਾਡੇ ਕੋਲ ਗੱਲ ਪਹੁੰਚ ਗਈ, ਅਸੀਂ ਪਹੁੰਚਾਂਗੇ ਅਤੇ ਅਗਲੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈ ਵੀ ਉੱਥੇ ਮਾਹੌਲ ਕੀ ਬਣਦਾ, ਸਰਕਾਰ ਦੀ ਜ਼ਿੰਮੇਵਾਰੀ ਹੈ। ਬਹੁਤ ਹੋ ਗਿਆ, ਹੁਣ ਬਰਦਾਸ਼ਤ ਨਹੀਂ ਹੋਣੀਆਂ ਗੱਲਾਂ ਯਾਰ, ਕਾਲਜਾ ਮਚਦਾ ਗੱਲਾਂ ਸੁਣ ਕੇ ਯਾਰ, ਸਾਡੇ ਪੰਜਾਬ ਦੇ ਵਿੱਚ, ਬਾਹਰ ਚੱਲ ਜੇ, ਬਾਹਰ ਵੀ ਕਿਉਂ ਚੱਲੇ, ਉਹ ਪੰਜਾਬ ਦੇ ਵਿੱਚ ਹੀ ਆ ਕੇ, ਪੰਜਾਬ ਦੇ ਸਕੂਲਾਂ 'ਚ ਹੀ ਆ ਕੇ, ਉਹ ਤੁਸੀਂ ਸਾਡੀ ਬੋਲੀ ਨੂੰ ਮਾਰੀ ਜਾਂਦੇ ਹੋ। ਹੁਣ ਇੱਕ ਸੱਜਣ ਲਿਖਦਾ, ਰਿਸਪੈਕਟ ਅਵਰ ਪੰਜਾਬੀ ਬੋਲੀ, ਵਾਹ ਸੱਜਣਾ ਤੇਰੇ, ਸਦਕੇ ਜਾਵਾਂ। ਥੱਲੇ ਇੱਕ ਲਿਖਦਾ, ਗੁੱਡ ਨਾਈਸ, ਮੈਂ ਪੰਜਾਬੀ ਨੂੰ ਪਿੱਟੀ ਜਾਂਦਾ, ਮੇਰਾ ਸੰਘ ਬਹਿ ਗਿਆ, 15 ਮਿੰਟ ਹੋ ਗਏ ਮੈਨੂੰ ਲੱਗੇ ਨੂੰ, 8 ਸਾਲ ਹੋ ਗਏ ਲੜਦੇ ਨੂੰ। ਥੱਲੇ ਲਿਖ ਦਿੰਦਾ, ਗੁੱਡ ਨਾਈਸ ਰਿਸਪੈਕਟ ਯੂ, ਵਾਹ ਤੁਹਾਡੇ। ਉਹ ਪੰਜਾਬੀ 'ਚ ਟਿੱਪਣੀਆਂ ਕਰੋ, ਦਸਖਤ ਪੰਜਾਬੀ 'ਚ ਕਰੋ, ਕੋਈ ਕੰਮ ਕਾਰ ਆ ਪੰਜਾਬੀ 'ਚ ਕਰੋ, ਬੋਲ ਚਾਲ ਪੰਜਾਬੀ 'ਚ ਰੱਖੋ। ਆ ਜਿਹੜੇ ਤੁਹਾਡੇ ਕੋਲ ਹੁੰਦੇ ਆ ਪੰਜਾਬੀ ਵਾਲੇ ਸੋਫਟਵੇਅਰ ਵਗੈਰਾ, ਇਹ ਭਰ ਲਿਆ ਕਰੋ, ਇਹਨਾਂ 'ਚ ਆ ਜਾਂਦੀ, ਅਸੀਂ ਸਾਰਾ ਸਾਡਾ ਪੰਜਾਬੀ 'ਚ ਹੀ ਹੈ ਸਾਡੇ ਸਾਰੇ ਫੋਨ। ਆ ਫਿਰ ਆ ਗਿਆ ਕਿ ਗੁੱਡ ਬਾਈ ਵਾਲਾ, ਮੈਂ ਕਿਹੜੀ ਗੱਲ ਨੂੰ ਪਿੱਠੀ ਜਾਂਦਾ, ਤੁਸੀਂ ਗੁੱਡ 'ਤੇ ਖੜ੍ਹੇ ਹੋ। ਮੈਂ ਫਿਰ ਕਹਿੰਦਾ, ਬੋਲੀ ਕੋਈ ਮਾੜੀ ਨਹੀਂ, ਹਰ ਬੋਲੀ ਆਪਣੇ ਥਾਂ 'ਤੇ ਹੈ, ਪਰ ਤੁਹਾਡੀ ਬੋਲੀ ਮਰ ਗਈ, ਤੁਹਾਡੀ ਪਛਾਣ ਨੇ ਮਰ ਜਾਣਾ, ਤੁਹਾਡੇ ਵਜੂਦ ਨੇ ਮਰ ਜਾਣਾ, ਤੁਹਾਡੇ ਇਤਿਹਾਸ ਨੇ ਮਰ ਜਾਣਾ, ਤੁਹਾਡੀ ਸੱਭਿਅਤਾ ਤੁਹਾਡੀ ਬੋਲੀ ਕਰਕੇ ਆ। ਓਏ ਆ ਜਾਓ, ਪਹੁੰਚਦੇ ਹਾਂ, ਅਸੀਂ ਦੇਖਦੇ ਹਾਂ ਕੀ ਬਣਦਾ।